ਜਿਹੜੀ ਮੀਟਿੰਗ ਹੈ ਜੀਨੀਅਰ ਬਰਾਦਰੀ ਦੀ ਧਰਮਸ਼ਾਲਾ ਦੇ ਵਿੱਚ ਹੋਈ, ਜਿਹਦੇ ਵਿੱਚ ਸਾਰੇ ਸਮਾਜ ਦੀਆਂ ਜਿਹੜੀਆਂ ਸਮੱਸਿਆਵਾਂ ਉਹਨਾਂ ਦੀ ਵੀ ਚਰਚਾ ਹੋਈ। ਆਉਣ ਵਾਲੇ ਸਮੇਂ ਦੇ ਵਿੱਚ ਸਮਾਜ ਕਿਸ ਤਰੀਕੇ ਦੇ ਨਾਲ ਸਮਾਜ ਦੇ ਉਥਾਨ ਦੇ ਲਈ ਕੰਮ ਕਰਨਾ, ਸਾਰੀਆਂ ਅੱਜ ਉੱਥੇ ਸੇਵਾਵਾਂ ਹੋਈਆਂ ਔਰ ਸਾਰੇ ਭਰਾਵਾਂ ਨੇ ਇਸ ਗੱਲ ਦਾ ਸਮਰਥਨ ਪਾਇਆ ਕਿ ਇਸ ਤੋਂ ਬਾਅਦ ਜਿਹੜੀ ਵੋਟ ਹੈ ਭਾਰਤੀ ਜਨਤਾ ਪਾਰਟੀ ਦੇ ਕਮਲ ਦੇ ਨਿਸ਼ਾਨ 'ਤੇ ਵੋਟ ਕਰਾਂਗੇ। ਮੈਂ ਵੀ ਆਪਣੇ ਵੱਲੋਂ ਆਸ਼ਵਾਸਨ ਦਵਾਉਂਦਾ ਕਿ ਸਮਾਜ ਦੇ ਲਈ ਜਿਹੜਾ ਵੱਧ ਤੋਂ ਵੱਧ ਜਿਹੜੀ ਮਦਦ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰੀ ਤੌਰ 'ਤੇ ਵੀ ਔਰ ਗੈਰ ਸਰਕਾਰੀ ਤੌਰ 'ਤੇ ਵੀ ਜਿਹੜੀ ਹੈ ਉਹ ਕੀਤੀ ਜਾਏਗੀ, ਤਾਂ ਕਿ ਸਮਾਜ ਦੇ ਜਿਹੜੇ ਲੋਕ ਹੈ ਉਹਨਾਂ ਨੂੰ ਉਹਨਾਂ ਦੇ ਜੀਵਨ ਸਤਰ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਜ਼ਰੂਰਤਾਂ ਉਹ ਜਿਹੜੀਆਂ ਅਸੀਂ ਕੁਛ ਨਾ ਕੁਛ ਜਿਹੜੀਆਂ ਆਉਣ ਵਾਲੇ ਸਮੇਂ 'ਚ ਪੂਰੀਆਂ ਕਰ ਸਕੀਏ, ਉਹਦੇ ਲਈ ਅੱਜ ਅਸੀਂ ਸਾਰੇ ਇਕੱਠੇ ਹੋਏ ਹਾਂ। ਔਰ ਮੈਂ ਦਿਲ ਦੀ ਗਹਿਰਾਈਆਂ ਤੋਂ ਸਾਡੇ ਪ੍ਰਧਾਨ ਜੀ ਮਹਿੰਦਰਪਾਲ ਜੀ ਦਾ, ਚਰਨਜੀਤ ਲਾਲ ਜੀ ਦਾ, ਸਮੁੱਚੀ ਜਿਹੜੀ ਟੀਮ ਹੈ ਸਾਰਿਆਂ ਦਾ ਦਿਲ ਦੀ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ। ਅੱਜ ਆਪਾਂ ਇੱਕ ਜੀ ਨਗਰ ਸਮਾਜ ਦੀ ਮੀਟਿੰਗ ਰੱਖੀ ਗਈ ਜਿਹਦੇ ਵਿੱਚ ਅਸੀਂ MP ਉਹਦੇ 'ਤੇ ਖੜ੍ਹੇ ਸੁਸ਼ੀਲ ਰਿੰਕੂ ਜੀ ਨੂੰ ਬੁਲਾਇਆ ਗਿਆ ਜੀ, ਅਤੇ ਆਪਾਂ ਇੱਥੇ ਇਹਨਾਂ ਦੀ ਵਿਚਾਰਿਆਂ ਦੀ ਸਮੱਸਿਆ ਸੁਣੀ ਗਈ ਸੀਗੀ ਕਿ ਇਹਨਾਂ ਨੂੰ ਇਹ ਜਗ੍ਹਾ ਬਹੁਤ ਥੋੜ੍ਹੀ ਘੱਟ ਪੈ ਰਹੀ ਸੀਗੀ, ਅਤੇ ਇਸ ਲਈ ਚਲੋ ਇਹਨਾਂ ਨੇ ਥੋੜ੍ਹਾ ਇਹ ਵੀ ਰੱਖਿਆ ਕਿ ਸਾਡੇ ਲਈ ਸਹਿਯੋਗ ਕੀਤਾ ਜਾਵੇ, ਅਤੇ ਅਸੀਂ ਇਹਨਾਂ ਨੂੰ ਥੋੜ੍ਹਾ ਆਸ਼ਵਾਸਨ ਦਿੱਤਾ ਹੈਗਾ ਕਿ ਅਸੀਂ ਤੁਹਾਡੇ ਨਾਲ ਵੱਧ ਤੋਂ ਵੱਧ ਸਹਿਯੋਗ ਦੇਵਾਂਗੇ ਅਤੇ ਵੱਧ ਤੋਂ ਵੱਧ ਏਕਤਾ ਕਰਾਂਗੇ। ਜਿੱਦਾਂ ਕਿ ਆਪਾਂ ਦੇਖਿਆ ਗਿਆ ਆਪਾਂ ਆਪਣੇ ਸਮਾਜ ਨੂੰ ਉੱਪਰ ਕਰਨਾ ਹੈਗਾ, ਸਭ ਨੂੰ ਉੱਪਰ ਕਰਨਾ ਹੈ, ਇਸ ਲਈ ਆਪਾਂ ਪੂਰਾ ਸਹਿਯੋਗ। ਜਿੱਦਾਂ ਕਿ ਸੁਸ਼ੀਲ ਕੁਮਾਰ ਰਿੰਕੂ ਆਏ ਨੇ ਅਤੇ ਬਹੁਤ ਵਧੀਆ ਸਵਾਗਤ ਕੀਤਾ ਗਿਆ ਹੈ ਅਤੇ ਇਲੈਕਸ਼ਨ ਨਜ਼ਦੀਕ ਆ ਰਹੇ ਨੇ, ਅਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਜੀ? ਇਲੈਕਸ਼ਨ ਬਾਰੇ ਤਾਂ ਦੇਖੋ ਜੀ, ਇਸ ਵਾਰੀ ਤਾਂ ਲੋਕਾਂ ਦੇ ਜੋ ਵਿਚਾਰਧਾਰਾ ਹੈਗੇ ਉਹ ਬਹੁਤ ਝੂਠੀਆਂ ਪਾਰਟੀਆਂ ਤੋਂ ਸੁਣ ਚੁੱਕੇ ਹਾਂ ਜੀ, ਇੱਥੇ ਕਲੀਨਿਕ ਬਣ ਰਿਹਾ ਜੀ, ਇੱਥੇ ਸਕੂਲ ਬਣ ਰਿਹਾ, ਪਰ ਕੁਛ ਵੀ ਇੱਦਾਂ ਕੁਛ ਨਹੀਂ ਦੇਖਣ ਨੂੰ ਮਿਲਿਆ ਹੈਗਾ, ਜੋ ਪੁਰਾਣੀਆਂ ਚੀਜ਼ਾਂ ਸੀ ਉਹਨਾਂ ਨੂੰ ਰੈਨੋਵੇਟ ਕਰਕੇ ਦਿਖਾਇਆ ਜਾ ਰਿਹਾ, ਉਹ ਸਭ ਲੋਕਾਂ ਨੂੰ ਪਤਾ ਚੱਲ ਗਿਆ ਹੈਗਾ ਕਿ ਝੂਠੇ ਵਾਅਦੇ ਆ। ਜੇ ਆਪਣੀ ਇੱਥੇ ਸਰਕਾਰ ਆਏਗੀ ਆਪਣੇ, ਅਗਰ MP ਆਪਣੇ ਜਿੱਤ ਕੇ ਜਾਣਗੇ, ਵੱਧ ਤੋਂ ਵੱਧ MP ਜਿੰਨੇ ਜਿੱਤ ਕੇ ਜਾਣਗੇ ਤਾਂ ਉੱਪਰ ਕੇਂਦਰ ਚੋਣ ਤਾਂ ਉਨਾ ਹੀ ਆਪਣਾ ਪੰਜਾਬ ਦਾ ਵਿਕਾਸ ਹੋਏਗਾ। ਪੰਜਾਬ ਦੇ ਵਿਕਾਸ ਲਈ ਸਾਨੂੰ ਇਸ ਵਾਰੀ ਕਮਲ ਦਾ ਫੁੱਲ ਦਾ ਬਟਨ ਦਬਾਉਣਾ ਪਏਗਾ ਅਤੇ ਉਹ ਉੱਪਰ ਲੈ ਕੇ ਜਾਣਾ ਪਏਗਾ, ਅਤੇ ਤਾਂ ਹੀ ਸਾਡੇ ਪੰਜਾਬ ਦਾ ਵਿਕਾਸ ਹੋਏਗਾ। ਤੁਸੀਂ ਆਮ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ 1 ਜੂਨ ਜਿਹੜੇ ਇਲੈਕਸ਼ਨ ਹੈਗੇ ਆ ਉਹਦੇ ਬਾਰੇ ਤੁਸੀਂ ਕੀ? ਮੈਂ ਸਭ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਆਪਣੀ ਇੱਕ ਇੱਕ ਵੋਟ, ਜੋ ਆਪਣੀ ਤੁਹਾਡੀ ਵੋਟਾਂ ਨਾਲ ਅਸੀਂ ਅੱਗੇ ਆਪਣਾ ਬੰਦਾ ਸੰਸਦ 'ਚ ਭੇਜਣਾ ਹੈਗਾ, ਅਤੇ ਇੱਕ ਇੱਕ ਵੋਟ ਕਮਲ ਦੇ ਫੁੱਲ 'ਤੇ ਪਾਓ ਅਤੇ ਮੋਦੀ ਜੀ ਨੂੰ ਜਿਤਾਓ। ਜਿਹੜੀ ਮੀਟਿੰਗ ਹੈ ਜੀਨੀਅਰ ਬਰਾਦਰੀ ਦੀ ਧਰਮਸ਼ਾਲਾ ਦੇ ਵਿੱਚ ਹੋਈ, ਜਿਹਦੇ ਵਿੱਚ ਸਾਰੇ ਸਮਾਜ ਦੀਆਂ ਜਿਹੜੀਆਂ ਸਮੱਸਿਆਵਾਂ ਉਹਨਾਂ ਦੀ ਵੀ ਚਰਚਾ ਹੋਈ। ਆਉਣ ਵਾਲੇ ਸਮੇਂ ਦੇ ਵਿੱਚ ਸਮਾਜ ਕਿਸ ਤਰੀਕੇ ਦੇ ਨਾਲ ਸਮਾਜ ਦੇ ਉਥਾਨ ਦੇ ਲਈ ਕੰਮ ਕਰਨਾ, ਸਾਰੀਆਂ ਅੱਜ ਉੱਥੇ ਸੇਵਾਵਾਂ ਹੋਈਆਂ ਔਰ ਸਾਰੇ ਭਰਾਵਾਂ ਨੇ ਇਸ ਗੱਲ ਦਾ ਆਸ਼ਵਾਸਨ ਪਾਇਆ ਕਿ ਵੱਧ ਤੋਂ ਵੱਧ ਜਿਹੜੀ ਵੋਟ ਹੈ ਭਾਰਤੀ ਜਨਤਾ ਪਾਰਟੀ ਦੇ ਕਮਲ ਦੇ ਨਿਸ਼ਾਨ 'ਤੇ ਵੋਟ ਕਰਾਂਗੇ। ਮੈਂ ਵੀ ਆਪਣੇ ਵੱਲੋਂ ਆਸ਼ਵਾਸਨ ਦਵਾਉਂਦਾ ਕਿ ਸਮਾਜ ਦੇ ਲਈ ਜਿਹੜਾ ਵੱਧ ਤੋਂ ਵੱਧ ਜਿਹੜੀ ਮਦਦ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰੀ ਤੌਰ 'ਤੇ ਵੀ ਔਰ ਗੈਰ ਸਰਕਾਰੀ ਤੌਰ 'ਤੇ ਵੀ ਜਿਹੜੀ ਹੈ ਉਹ ਕੀਤੀ ਜਾਏਗੀ, ਤਾਂ ਕਿ ਸਮਾਜ ਦੇ ਜਿਹੜੇ ਲੋਕ ਹੈ ਉਹਨਾਂ ਨੂੰ ਉਹਨਾਂ ਦੇ ਜੀਵਨ ਸਤਰ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਜ਼ਰੂਰਤਾਂ ਉਹ ਜਿਹੜੀਆਂ ਅਸੀਂ ਕੁਛ ਨਾ ਕੁਛ ਜਿਹੜੀਆਂ ਆਉਣ ਵਾਲੇ ਸਮੇਂ 'ਚ ਪੂਰੀਆਂ ਕਰ ਸਕੀਏ, ਉਹਦੇ ਲਈ ਅੱਜ ਅਸੀਂ ਸਾਰੇ ਇਕੱਠੇ ਹੋਏ ਹਾਂ। ਔਰ ਮੈਂ ਦਿਲ ਦੀ ਗਹਿਰਾਈਆਂ ਤੋਂ ਸਾਡੇ ਪ੍ਰਧਾਨ ਜੀ ਮਹਿੰਦਰਪਾਲ ਜੀ ਦਾ, ਚਰਨਜੀਤ ਲਾਲ ਜੀ ਦਾ, ਸਮੁੱਚੀ ਜਿਹੜੀ ਟੀਮ ਹੈ ਸਾਰਿਆਂ ਦਾ ਦਿਲ ਦੀ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ। ਅੱਜ ਆਪਾਂ ਇੱਕ ਜੀ ਨਗਰ ਸਮਾਜ ਦੀ ਮੀਟਿੰਗ ਰੱਖੀ ਗਈ ਜਿਹਦੇ ਵਿੱਚ ਅਸੀਂ MP ਉਹਦੇ 'ਤੇ ਖੜ੍ਹੇ ਸੁਸ਼ੀਲ ਰਿੰਕੂ ਜੀ ਨੂੰ ਬੁਲਾਇਆ ਗਿਆ, ਅਤੇ ਆਪਾਂ ਇੱਥੇ ਇਹਨਾਂ ਦੀ ਵਿਚਾਰਿਆਂ ਦੀ ਸਮੱਸਿਆ ਸੁਣੀ ਗਈ ਸੀਗੀ ਕਿ ਇਹਨਾਂ ਨੂੰ ਇਹ ਜਗ੍ਹਾ ਬਹੁਤ ਥੋੜ੍ਹੀ ਘੱਟ ਪੈ ਰਹੀ ਸੀਗੀ, ਅਤੇ ਇਸ ਲਈ ਚਲੋ ਇਹਨਾਂ ਨੇ ਥੋੜ੍ਹਾ ਇਹ ਵੀ ਰੱਖਿਆ ਕਿ ਸਾਡੇ ਲਈ ਸਹਿਯੋਗ ਕੀਤਾ ਜਾਵੇ,
ਤੇ ਅਸੀਂ ਇਹਨਾਂ ਨੂੰ ਪੂਰਾ ਆਸ਼ਵਾਸਨ ਦਿੱਤਾ ਹੈਗਾ ਕਿ ਅਸੀਂ ਤੁਹਾਡੇ ਨਾਲ ਵੱਧ ਤੋਂ ਵੱਧ ਸਹਿਯੋਗ ਦੇਵਾਂਗੇ ਤੇ ਵੱਧ ਤੋਂ ਵੱਧ ਏਕਤਾ ਕਰਾਂਗੇ। ਜਿੱਦਾਂ ਕਿ ਆਪਾਂ ਦੇਖਿਆ ਗਿਆ ਆਪਾਂ ਆਪਣੇ ਸਮਾਜ ਨੂੰ ਉੱਪਰ ਕਰਨਾ ਹੈਗਾ, ਸਭ ਨੂੰ ਉੱਪਰ ਕਰਨਾ ਹੈ, ਇਸ ਲਈ ਆਪਾਂ ਪੂਰਾ ਸਹਿਯੋਗ। ਜਿੱਦਾਂ ਕਿ ਸੁਸ਼ੀਲ ਕੁਮਾਰ ਰਿੰਕੂ ਆਏ ਨੇ ਤੇ ਬਹੁਤ ਵਧੀਆ ਸਵਾਗਤ ਕੀਤਾ ਗਿਆ ਹੈ ਅਤੇ ਇਲੈਕਸ਼ਨ ਨਜ਼ਦੀਕ ਆ ਰਹੇ ਨੇ ਅਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਜੀ? ਇਲੈਕਸ਼ਨ ਬਾਰੇ ਤਾਂ ਦੇਖੋ ਜੀ, ਇਸ ਵਾਰੀ ਤਾਂ ਲੋਕਾਂ ਦੇ ਜੋ ਵਿਚਾਰਧਾਰਾ ਹੈਗੇ ਉਹ ਬਹੁਤ ਝੂਠੀਆਂ ਪਾਰਟੀਆਂ ਤੋਂ ਸੁਣ ਚੁੱਕੇ ਹਾਂ ਜੀ। ਇੱਥੇ ਕਲੀਨਿਕ ਬਣ ਰਿਹਾ ਜੀ, ਇੱਥੇ ਸਕੂਲ ਬਣ ਰਿਹਾ, ਪਰ ਕੁਛ ਵੀ ਇੱਦਾਂ ਕੁਛ ਨਹੀਂ ਦੇਖਣ ਨੂੰ ਮਿਲਿਆ ਹੈਗਾ। ਜੋ ਪੁਰਾਣੀਆਂ ਚੀਜ਼ਾਂ ਸੀ ਉਹਨਾਂ ਨੂੰ ਰੈਨੋਵੇਟ ਕਰਕੇ ਦਿਖਾਇਆ ਜਾ ਰਿਹਾ, ਉਹ ਸਭ ਲੋਕਾਂ ਨੂੰ ਪਤਾ ਚੱਲ ਗਿਆ ਹੈਗਾ ਕਿ ਝੂਠੇ ਵਾਅਦੇ ਆ। ਜੇ ਆਪਣੀ ਇੱਥੇ ਸਰਕਾਰ ਆਏਗੀ ਆਪਣੇ, ਅਗਰ ਐਮ ਪੀ ਆਪਣੇ ਜਿੱਤ ਕੇ ਜਾਣਗੇ, ਵੱਧ ਤੋਂ ਵੱਧ ਐਮ ਪੀ ਜਿੰਨੇ ਜਿੱਤ ਕੇ ਜਾਣਗੇ ਤਾਂ ਆਪਣਾ ਕੇਂਦਰ ਚੋਣ ਤਾਂ ਉਨਾ ਹੀ ਆਪਣਾ ਪੰਜਾਬ ਦਾ ਵਿਕਾਸ ਹੋਏਗਾ। ਪੰਜਾਬ ਦੇ ਵਿਕਾਸ ਲਈ ਸਾਨੂੰ ਹਰੇਕ ਕੰਮਾਂ ਦਾ ਖੋਲ੍ਹਣਾ ਬਟਨ ਦਬਾਉਣਾ ਪਏਗਾ ਅਤੇ ਉਹਨੂੰ ਉੱਪਰ ਲੈ ਕੇ ਜਾਣਾ ਪਏਗਾ ਅਤੇ ਤਾਂ ਹੀ ਸਾਡੇ ਪੰਜਾਬ ਦਾ ਵਿਕਾਸ ਹੋਏਗਾ। ਤੁਸੀਂ ਆਮ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ 1 ਜੂਨ ਜਿਹੜੇ ਇਲੈਕਸ਼ਨ ਹੈਗੇ ਆ ਉਹਦੇ ਬਾਰੇ ਤੁਸੀਂ ਕੀ? ਮੈਂ ਸਭ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਆਪਣੀ ਇੱਕ ਇੱਕ ਵੋਟ, ਜੋ ਆਪਣੀ ਤੁਹਾਡੀ ਵੋਟਾਂ ਨਾਲ ਅਸੀਂ ਅੱਗੇ ਆਪਣਾ ਬੰਦਾ ਸੰਸਦ 'ਚ ਭੇਜਣਾ ਹੈਗਾ, ਅਤੇ ਇੱਕ ਇੱਕ ਵੋਟ ਕਮਲ ਦੇ ਫੁੱਲ 'ਤੇ ਪਾਓ ਮੋਦੀ ਜੀ।